ਧੋਖਾ ਕੀਤਾ ਮੇਰੇ ਨਾਲ ਯਾਰ। ਧੋਖਾ ਕਰਦੇ ਯਾਰ, ਫੜਦੀ ਆ ਮੇਰੇ ਸਾਲਿਓ ਵੇਲੜੋ। ਕੋਈ ਕੰਮ ਧੰਦਾ ਵੀ ਕਰ ਲਿਆ ਕਰੋ। ਜਦੋਂ ਵੇਖੋ ਇਹਨਾਂ ਕੁੱਤੇ ਕੰਮਾਂ 'ਚ ਲੱਗੇ ਰਹਿੰਦੇ ਹੋ, ਉਹ ਆਉਣ ਵਾਲੇ ਸਮੇਂ 'ਚ ਗਲੀਆਂ 'ਚ ਰੁਲੋਗੇ ਗਲੀਆਂ 'ਚ, ਜਿਹੋ ਜਿਹੇ ਤੁਹਾਡੇ ਲੱਛਣ ਨੇ। ਇੱਕ ਤਾਂ ਉਹ ਬੰਦੇ ਨੇ ਬੜਾ ਦੁਖੀ ਕੀਤਾ ਯਾਰ। ਇਹਦੀ ਪਾ ਸਕੀਮ ਕੋਈ ਸਕੀਮ? ਸਕੀਮਾਂ ਆਪਣੇ ਕੋਲ ਇੱਕ ਤੋਂ ਇੱਕ। ਇੱਲ ਵਰਗਾ ਦਿਮਾਗ ਆ ਤੇਰੇ ਬਾਈ ਦਾ, ਤਾਂ ਹੀ ਤੇ ਬਾਂਹ ਤੇ ਇੱਲ ਬਣਵਾਈ ਆ। ਇੱਲ ਮੈਂ ਕਦੋਂ ਦੋਲੂ ਸਮਝਣ ਡਿਆ? ਉਹ ਤੂੰ ਐ ਛੱਡ, ਤੂੰ ਮੈਨੂੰ ਇਹ ਦੱਸ, ਜਨਾਨੀਆਂ ਜ਼ਿਆਦਾ ਮਰਦੀਆਂ ਕਾਤੇ ਆ? ਯਾਰ ਤੂੰ ਮੇਰੇ ਨਾਲ ਗੰਦੀਆਂ ਗੱਲਾਂ ਨਾ ਕਰ। ਨਹੀਂ ਉੱਦਾਂ 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 ਫਿਰ ਮੇਰੀ ਮੁੱਛਾਂ ਤੇ ਮਾਰਦੀਆਂ। ਯਾਰ ਗੱਲ ਤੇਰੇ ਬਾਈ ਦੀ ਚੱਲਣ ਡੀ, ਤੂੰ ਵਿੱਚ ਆਪਣੀਆਂ ਮੁੱਛਾਂ ਵਾਲ ਲੀਆਂ। ਅੱਛਾ ਉਸ ਹਿਸਾਬ ਨਾਲ ਜਨਾਨੀਆਂ ਮਰਦੀਆਂ। ਮੰਮੀ ਮੈਂ ਤਿੰਨ ਤਾਂ ਗਿਣਤੀ ਗਿਣੂਗਾ, ਤੂੰ ਜਿੰਨਾ ਗੰਦਾ ਮੂੰਹ ਬਣਾ ਸਕਦੀ ਨਾ ਉਨਾ ਗੰਦਾ ਮੂੰਹ ਬਣਾਉਣਾ। ਚੱਲ ਠੀਕ ਆ, ਖੜ ਜਾ, ਤਿੰਨ ਗਣਤ ਦੇ। ਹਾਏ ਲੱਡੂ, ਮੈਨੂੰ ਵੀ ਦੋ ਲੱਡੂ, ਮੈਂ ਵੀ ਖਾਣਾ। ਪੁੱਤ ਲੱਡੂ ਤਾਂ ਦੋ ਹੀ ਸੀ, ਇੱਕ ਮੈਂ ਖਾ ਗਈ, ਇੱਕ ਤੇਰਾ ਬਾਪ ਖਾ ਰਿਹਾ। ਤੂੰ ਦੇ ਦੇ ਜੀ ਇਹਨੂੰ। ਆਲੇ ਮੇਰੇ ਵਾਲਾ ਖਾ ਲਾ ਪੁੱਤ। ਮੈਂ ਨਹੀਂ ਖਾਂਦਾ। ਕਿਉਂ ਨਹੀਂ ਖਾਂਦਾ ਪੁੱਤ, ਖਾ ਲੈ। ਮੰਮੀ ਤੂੰ ਡੈਡੀ ਨੂੰ ਕੁੱਤਾ ਕਿਹਾ ਸੀ, ਮੈਂ ਕੁੱਤੇ ਵਾਲਾ ਕਾਹਤੋਂ ਖਾਣਾ। ਫੜ ਲੱਡੂ, ਲੱਗ ਗਿਆ ਮੈਨੂੰ ਪਤਾ ਕਿੰਨੀ ਕਿੱਜਤ ਹੈ ਮੇਰੀ ਇਸ ਘਰ 'ਚ, ਦਫਾ ਹੋ ਤੂੰ ਵੀ। ਆ ਜਾ ਮੇਰਾ ਪੁੱਤ, ਕੋਈ ਨਾ ਲੈ ਮੇਰਾ ਸ਼ੇਰ ਪੁੱਤ ਖਾ ਲੈ। ਕੋਈ ਨਾ ਪੁੱਤ, ਘਰ ਦਾ ਹੀ ਕੁੱਤਾ ਹੈ, ਖਾ ਲੈ।